ਸੁਣ ਮੇਰੀ ਭਾਈਜਾਨ, ਕਬੂਤਰਾਂ ਦੀ ਬਾਜ਼ੀ ਅਕਸਰ ਲੱਗੀ ਖਲੀ ਹੈ ਨਜ਼ੀਰੇ ਨਾਲ। ਸਲਾਮ ਅਲੈਕੁਮ। ਵਾਲੇਕੁਮ। ਤੇ ਉਹ ਆਦੇ ਵੀ ਮੇਰੇ ਨਾਲ ਜਿਹੜਾ ਨਾ 50-50 ਹਜ਼ਾਰ ਦੀ ਬਾਜ਼ੀ ਦਾ, ਮੈਂ ਕਿ ਕੋਈ ਮਸਲਾ ਹੀ ਨਹੀਂ। ਬਾਜ਼ੀ ਤੂੰ ਹਰਨੀ ਨਹੀਂ, ਤੂੰ 50 ਲਾ ਦੇ ਬੈਠਾ ਨਹੀਂ। ਯਾਰ ਜਿਹੜਾ ਕਬੂਤਰ ਮੈਂ ਲੈ ਕੇ ਆਇਆ ਨਾ, ਉਹ ਕਬੂਤਰ ਉੱਡਣ ਵਾਲੇ ਦੌਰ ਨੂੰ ਜਾਣ ਬਾਬਲ ਨਗਰ ਵਾਲੇ ਚੰਗੀ ਤਰ੍ਹਾਂ ਦੌਰ ਨੂੰ ਉਹਦੇ ਕੋਲ ਪੱਠਾ ਮੈਂ ਆਇਆ। ਅੱਛਾ, ਉਹਦੇ ਕੋਲ ਖਾਲੀ 3:30-3 ਵਜੇ ਲਾਂ ਦੱਸਣਾ ਚਿੱਟਾ ਜੀ ਨਾ ਕੋਈ ਨਹੀਂ ਵੇਖਿਆ। ਉਹ ਤਾਂ ਮੈਂ ਕੱਲ ਉਡਾਇਆ, ਉਹ ਤਾਂ ਬਾਕੀ ਚੰਗਾ ਉੱਡਦਾ ਖਲੋਤਾ। ਯਾਰ 5 ਲੱਖ ਦੀ ਬਾਜ਼ੀ ਲਾਣ ਦਾ ਮੂਡ ਹੈ? 10 ਲੱਖ ਲਾ, 5 ਲੱਖ ਦੀ ਕਿਹੜੀ ਗੱਲ ਹੈ? ਕੌਣ ਤੁਸੀਂ? ਕੌਣ ਭਾਈ ਤੁਸੀਂ? ਮੈਨੂੰ ਲੱਗਦਾ ਤਾਂ ਗੁੱਪਲੇਦਾਰ ਹੈ। ਮੈਨੂੰ ਆਪ ਨਹੀਂ ਲੱਗਦਾ। 5 ਲੱਖ ਦੀ ਬਾਜ਼ੀ ਲਾਣੀ ਹੈ ਤਾਂ ਹੁਕਮ ਕਰੋ। ਹਾਂਜੀ ਬਣੇ ਸਾਂ। ਕਬੂਤਰ ਭਵੇਂ ਡਿੱਗ ਮੇਰਾ, ਅੱਛਾ 10 ਲੱਖ ਰੁਪਇਆ ਦੇਵਾਂਗਾ। ਤੁਸੀਂ ਡਿੱਗ ਬੋਲੋ ਛੱਤ ਤੋਂ। ਜੇ ਤੁਹਾਡੇ ਕਬੂਤਰ ਡਿੱਗੇ ਤਾਂ ਤੁਹਾਡੇ ਕੋਲ 5 ਲੱਖ ਲੈ ਲਵਾਂਗਾ। ਗੱਲ ਕਰ, ਡਿੱਗਦੇ ਨਹੀਂ ਹੁੰਦੇ ਕਬੂਤਰ, ਉੱਡਦੇ ਹੁੰਦੇ ਤੇ ਲਾਂਦੇ ਹੁੰਦੇ ਤੇ ਬਾਂਦੇ ਹੁੰਦੇ। ਡਿੱਗਦੇ ਲੈਣ ਨੂੰ ਅਸੀਂ ਡਿੱਗਣ ਕਹਿੰਦੇ ਦੂਜੇ ਲਫ਼ਜ਼ਾਂ ਦੇ ਵਿੱਚ। ਸਾਰੇ ਡਿੱਗਣ ਹੋ ਗਏ। ਹਾਂ ਚਲੋ, ਤੇਰੇ ਲਫ਼ਜ਼ਾਂ ਚ ਆ ਵੇ ਨਾ ਸਭ ਕੋਈ। ਭਾਈ ਜੀ ਤੁਹਾਨੂੰ ਮੈਂ ਵੇਖਿਆ ਨਹੀਂ ਕਿਤੇ ਅੱਗੇ। ਰੱਖਾ ਕਬੂਤਰ ਬਾਜ਼ ਮਸ਼ਹੂਰ ਕਦੀ ਤੂੰ ਸੁਣੀ ਹੋਵੇ? ਕਿਹੜੇ ਲੱਗ? ਲੋਹ ਤੋਂ ਲੱਗ ਕੇ, ਕਰਾਚੀ ਤੋਂ ਲੱਗ ਕੇ, ਮਰੀ ਅਜੇ ਇਮਾਨ ਨਾਲ, ਇਸਲਾਮਾਬਾਦ, ਵਿੰਡੀ। ਇਮਾਨ ਨਾਲ ਵਿੰਡੀ ਨਹੀਂ ਹੁੰਦਾ, ਪਿੰਡੀ ਹੁੰਦਾ। ਇਮਾਨ ਨਾਲ ਸਹੀ ਪੁੱਛੇ ਨਾ, ਅਸਾਂ ਤਾਂ ਕਿਤੇ ਨਹੀਂ ਸੁਣਿਆ। ਰੱਖਾ ਰੱਖੇ ਕਬੂਤਰ ਉਡਾਏ ਇੱਕ ਦਿਨ। ਅੱਛਾ, 8 ਬੰਦਿਆਂ ਨਾਲ ਮੇਰਾ ਮੁਕਾਬਲਾ, ਯਾਨੀ ਕਿ 8 ਖੁੱਡਿਆਂ ਨਾਲ। 8 ਖੁੱਡਿਆਂ ਦਾ ਮੁਕਾਬਲਾ ਸੀ। ਅੱਛਾ, 40 ਲੱਖ ਰੁਪਇਆ ਮੈਂ ਪਿਓ ਦੀ ਤਲੀ ਤੇ ਰੱਖਿਆ। 40 ਲੱਖ ਏਡੀ ਵੱਡੀ ਬਾਜ਼ੀ, ਸ਼ਾਮ ਨੂੰ ਕਮਾ ਕੇ ਪਿਓ ਦੀ ਤਮਹਿਲ ਲੈ ਇੱਕ ਦੇ 40 ਲੱਖ ਕਮਾਇਆ। 40 ਲੱਖ ਅਰੇ ਭਾਈ, ਉਹਨਾਂ ਦਾ ਕੀ ਕਾਰੋਬਾਰ ਇਹ ਕਬੂਤਰ ਭਾਈ? ਅੱਛਾ, ਮਸ਼ਵਰੇ ਦੇ ਦਿਨ ਵੀ ਇਸ ਤਰ੍ਹਾਂ ਉਡਾਓ, ਇਹ ਕੰਮ ਕਰੋ। ਕਿ ਉਸਤਾਦ ਹੋ, ਦਵਾਈਆਂ ਸ਼ਵਾਈਆਂ ਕਬੂਤਰਾਂ ਦੇ ਦਿੰਦੇ? ਮੈਂ ਕਹਿੰਦਾ ਕਬੂਤਰ ਉਡਾਉਣਾ ਮੇਰੇ ਤੋਂ ਪਿੱਛੇ ਬਸ। ਅੱਛਾ, ਓਏ ਉੱਚ ਬਿਰਾ ਵਾਸਤੇ ਪਾਣੀ ਲਾਇਆ। ਅੱਛਾ, ਅੱਲਾ ਸੁਣ ਲਈਏ, ਉਸਤਾਦ ਆ ਗਿਆ ਤੇ ਕਬੂਤਰ ਫਿਰ ਉਡਾਈ ਸੀ। ਭਾਈ ਜਾਨ ਤੁਸੀਂ ਕਿਤੇ ਨਹੀਂ ਜਾਵਣਾ, ਪਰਸੋਂ ਸਾਡੀ ਬਾਜ਼ੀ ਹੈ, ਰੋਟੀ ਪਾਣੀ ਬਿਰਾ ਦੀ ਜਿਹੜੀ ਫੀਸ ਬਣੀ ਬਿਰਾ ਦੀ ਸਾਂ, ਲੇਕਿਨ ਕਬੂਤਰ ਸਾਡਾ ਡਾਣਾ ਨਹੀਂ ਚਾਹੀਦਾ, ਜਿਵੇਂ ਨਾ ਡਿੱਗਣਾ ਨਹੀਂ ਚਾਹੀਦਾ। 40 ਲੱਖ ਇੱਕ ਦਿਨ ਕਮਾ ਕੇ ਦਿੱਤਾ, 60 ਲੱਖ ਰੁਪਇਆ ਤੀਜੇ ਦਿਨ ਬਾਅਦ ਫਿਰ ਕੇ ਛਦਾ ਬਾਜ਼ੀ। ਅੱਛਾ ਅੱਛਾ, ਮੈਂ ਪਿਓ ਨੂੰ ਕਿਹਾ ਮੇਰਾ ਪਿਓ ਪੈਸਾ ਖਾ ਵੰਜਾ ਤੇਰੇ ਹੀ। ਇਹ ਪੁੱਛਣਾ ਲੇਟ ਹੋ ਗਿਆ, ਜਿਵੇਂ ਤਾਂ ਤੇਰੀ ਕਮਾਈ ਹੈ ਨਾ, ਇਹ 2 ਮਹੀਨੇ ਪਹਿਲੇ ਅਸੀਂ ਬੈਣ ਪਰ ਨਾ ਆਈਏ, ਨਹੀਂ ਤਾਂ ਅਸੀਂ ਤੈਨੂੰ ਦੇ ਛੋੜਨਾ ਰਿਸ਼ਤਾ। ਨਹੀਂ ਨਹੀਂ ਕੋਈ ਨਹੀਂ, ਰਿਸ਼ਤਿਆਂ ਦੀ ਥੋੜ ਕੋਈ ਨਹੀਂ ਸਾਨੂੰ, ਅਸੀਂ ਰਿਸ਼ਤੇ ਬੜੇ ਵੇਖੇ ਆ, ਲੇਕਿਨ ਸ਼ਾਦੀ ਤੋਂ ਮੈਂ, ਸ਼ਾਦੀ ਜੇ ਹੋ ਗਿਆ ਨਾ ਚੱਕਰਾਂ ਸ਼ਾਦੀ ਵਾਲੇ, ਫਿਰ ਇਹ ਕੰਮ ਚੱਲ ਜਾਣਾ। ਹਾਂ ਮੈਂ ਰਸਮਾਨੀ ਕਰਨ ਨਹੀਂ ਦਿੰਦੀ ਨਾ ਮੁਰਾਦੀ, ਦੇਖੀ ਕਬੂਤਰੀ ਮਾਤਾ ਨੇ ਚੱਕਰ। ਬੇਗਮਾ ਤੈਨੂੰ ਪਤਾ ਫਿਰ ਕਹਿੰਦੀਆਂ ਇਹ ਕਰੋ ਉਹ ਕਰੋ, ਫਿਰ ਬੰਦੇ ਨੂੰ ਨੱਚਣਾ ਪੈਂਦਾ ਜਿੱਥੇ ਉਹ ਨੱਚਾਵਣ। ਅੱਛਾ ਇੱਕ ਗੱਲ ਤੁਹਾਡੇ ਕੋਲ ਪੁੱਛ ਰਹੀ ਹੈ, ਪਹਿਲਾਂ ਜਿਹੜਾ ਕਬੂਤਰ ਹੈ ਮੇਰਾ, 5 ਕਬੂਤਰ ਡਾਣਾ, ਪਹਿਲਾਂ ਕਿੰਨੇ ਵਜੇ ਆ ਕੇ ਪਏਗਾ? ਪਹਿਲਾ ਕਬੂਤਰ ਤੇਰਾ ਛੁੱਟਿਆ ਨਾ ਮੈਂ ਸੁਬਹ 7 ਜਾਂ 6 ਵਜੇ, ਕਬੂਤਰ ਤੇਰਾ ਸਵਾ ਇਹ 7-6-7 ਵਜੇ ਉਡਾਇਆ ਨਾ, ਸ਼ਾਮੀ ਲਵੇਗਾ 6 ਵਜੇ, ਯਾਨੀ ਕਿ 12 ਘੰਟੇ 12-11 ਘੰਟੇ
ਆ ਮੈਂ ਤੇ ਪਿਓ ਨੂੰ ਪਤਾ ਨਹੀਂ ਕਿੰਨੇ ਕਿੰਨੇ ਮੁਰੱਬੇ ਜ਼ਮੀਨ ਦੇ ਲੈ ਦੇਣੇ ਸੀ। ਅੱਛਾ, ਜੇ ਮੇਰੀ ਮਾਂ ਮੈਨੂੰ ਸੁਭਾ ਉਠਾਉਂਦੀ ਨਾ ਤੇ ਉਠਾਉਂਦੀ ਕਿੱਥੋਂ ਬਈ? ਮੈਂ ਖਾਬ ਦੇ ਵਿੱਚ ਮੱਡੀਆਂ ਮਾਰ ਦਿੱਤੀਆਂ। ਇੱਕ ਮਿੰਟ ਪਾਣੀ ਲਿਆ, ਪਾਣੀ ਕੀ? ਅੱਛਾ ਬਾਈਜਾਨ, ਇਹ ਦੱਸ ਇੱਥੇ ਕਿਵੇਂ ਆਉਣਾ? ਮੈਂ ਤੇ ਸੋਨਾ ਹੁਣੇ। ਅੱਛਾ ਅੱਛਾ, ਤੇ ਮੈਨੂੰ ਆਣ ਦਿਓ ਖਾਬ। ਅੱਛਾ, ਜੇ ਖਾਬ ਵਿੱਚ ਤੁਹਾਡੇ ਕਬੂਤਰ ਹਰਨ ਦੇ ਆ, ਤੁਸੀਂ ਮੈਨੂੰ ਫੜ ਲੈ ਖਾਬ ਵਿੱਚ। ਹਾਂ, ਤੁਹਾਨੂੰ ਉੱਠ ਕੇ ਮੁਬਾਰਕਾਂ ਦਿਆਂਗਾ। ਪਰ ਉਹ ਸੌਂਦਾ ਕਿੱਥੇ? ਤੇ ਸਾਡੇ ਘਰ ਸੌਂ। ਪਾਣੀ ਲਿਆਓ। ਪਾਣੀ ਨਹੀਂ, ਇੱਥੇ ਤੈਨੂੰ ਸਮਾਨ ਹੈ, ਤੂੰ ਸਾਨੂੰ ਖਾਬ ਕੁਛ ਤੇ ਲਿਖ ਕੇ ਦੇਸੇ। ਹਾਂਜੀ ਬਈ, ਐ ਪਾਓ ਕਬੂਤਰ ਨੂੰ, ਐ ਪਾਓ। ਯਾਰ, ਪਿਓ ਨੂੰ ਮੈਂ 40 ਲੱਖ ਰੁਪਇਆ ਦਿੱਤਾ ਤੇ ਮੇਰੇ ਪਿਓ ਨੇ 40 ਲੱਖ ਮੁਰੰਡੇ ਖਾ ਲੈ। 40 ਲੱਖ ਦੇ ਉਹਦੀ ਹਿੰਮਤ ਹੈ, ਉਹਦੀ ਹਿੰਮਤ ਹੈ। 80 ਲੱਖ ਦਿੱਤਾ ਤੇ ਉੱਟਾ ਪੀਆ ਖਾ ਗਈ ਤੇ ਮਾਂ ਨੂੰ ਕਿਹਨੇ ਦਿੱਤੇ? ਜੋ ਕੇਸ਼ ਖਾ ਗਈ। ਮੇਰੀ ਮਾਂ ਛਲੀਆਂ ਖਾਂਦੀ ਸੀ ਸ਼ੌਕ ਨਾਲ। ਉਹ ਕਿਤੇ ਲੱਖ ਦੀ ਖਾ? ਉਹ ਤਕਰੀਬਨ 16 ਲੱਖ ਦੀਆਂ ਮੇਰੇ ਪਿਓ ਛਲੀਆਂ ਲਿਆ ਕੇ ਦਿੱਤੀਆਂ ਉਹਨੇ ਕਕਾ। ਇਹ ਤੇ ਬਦ ਨਸੀਬੀ ਨਾਲ ਮੈਂ ਉੱਠ ਪਿਆ, ਨਹੀਂ ਤੇ ਮੈਂ ਤੇ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਦੇ ਮੁਰੰਡੇ ਖਣਾਣੇ ਸੀ ਪਿਓ ਨੂੰ। ਇਹ ਖਾਬ ਨਹੀਂ, ਇਹ ਹਕੀਕਤ ਹੈ। ਜਾਗਦਾ ਬੈਠਾ ਹੈ ਤੇ ਨਿਕਲਣ ਵਾਲੀ ਗੱਲ ਕਰ। ਉਹ ਨਾ ਹੋਵੇ ਅਸਾਂ ਤੈਨੂੰ ਖਾਬ। ਇੱਕ ਮਿੰਟ ਹਾਂ, ਕਿਹੜੀ ਦਵਾਈ ਦੇਣੀ ਹੈ? ਜਿੱਤ ਗਿਆ ਤੁਹਾਡਾ ਕਬੂਤਰ। ਉਹ ਕਿਵੇਂ? ਮੁਬਾਰਕ ਹੋਵੇ ਤੁਹਾਨੂੰ। ਇੱਕ ਮਿੰਟ ਨੀ ਸੁੱਤਾ ਤੁਹਾਡਾ ਕਬੂਤਰ, ਜਿਤਾ ਤਾਂ ਮੁਬਾਰਕ ਹੋਵੇ। ਖੈਰ ਮੁਬਾਰਕ ਹੋਵੇ। ਕਿਵੇਂ ਜਿਤਾਇਆ? ਉੱਡ ਗਿਆ, ਦੂਸਰਿਆਂ ਦੇ ਡਿੱਗ ਪਏ। ਅੱਛਾ, ਹਾਂਜੀ ਉੱਡ ਗਿਆ। ਲਿਆਓ ਬੋਤਲ, ਲਿਆ ਮੇਰੇ ਵਾਸਤੇ ਛੇਤੀ। ਮਰੇ ਸਾਡੇ ਕਬੂਤਰ ਤੇ ਸਾਰੇ ਤੱਲੇ ਬੈਠੇ ਤੇ ਉੱਡਿਆ ਕਿੱਥੇ ਤੇ ਜਿੱਤ ਕਿੱਥੇ ਗਏ? ਮੈਂ ਸੁੱਟਣੀ ਆ ਤੁਹਾਨੂੰ ਰੱਖਾਬਾਜ਼ੀ ਕਰ। ਤੇਰੇ ਵੱਡੇ ਵਰਖੇ ਬਾਜ਼ੀ ਕਰਦੀ ਅਸੀਂ ਤੈਸੀ ਉੱਡ ਗਿਆ ਖਾ ਵਿੱਚ ਵਜੋਂ ਤੂੰ ਕਬੂਤਰਾਂ ਦੀ ਬਾਜ਼ੀ ਜਿੱਤਾ ਹੀ ਨਾ। ਖਾ ਵਿੱਚ ਕੁਛ ਤੇ ਲਿਖ ਦਿੰਦੇ। ਖਾ ਵਿੱਚ ਮਾਂ ਪਿਓ 16 ਲੱਖ ਦੀਆਂ ਛਲੀਆਂ ਖਵਾ ਲਈਆਂ। ਮਾਂ 16 ਲੱਖ ਦੀ ਛਲੀਆਂ ਮੁੰਡੇ ਖਾ ਲੈਣ। ਆਪਣੇ ਪੈਰ ਦੀ ਜੁੱਤੀ ਕੋਈ ਨੀ ਕੰਮ ਦੀ, ਬਦੇ ਪੈਦਲ ਸਿਰ ਤੇ ਸਭ ਗੱਲ ਸੁਣ। ਗੱਲ ਆਈ ਅੱਗੇ ਸ਼ੁਗਰ ਲਈ। ਅੱਛਾ, ਕੋਕ ਮੈਂ ਕਦੀ ਨਹੀਂ ਪੀਤੀ। ਸਪਰਾਈਟ ਨਾ? ਨਹੀਂ, ਸਪਰਾਈਟ ਮੈਂ ਤੈਨੂੰ ਦੇਣਾ ਮੈਡਮ ਜੀਆ ਖਾਨ, ਤੈਨੂੰ ਮੈਂ ਪਿਓ ਇੰਨਾ ਸਾਹਿਬ ਸਪਰਾਈਟ ਜਿੱਥੇ ਜਾਂਦੀ ਸਪਰਾਈਟ ਦੀ ਐਦੀ ਸਰਮਾਇਸ਼ ਕਰੇ ਦੀ ਇੱਧੇ ਆ। ਹਾਂ ਵੇਖ ਰਿਹਾ, ਬੱਤੂ ਕੋ ਕੰਮ ਦੀ ਗੱਲ ਦੱਸ ਹੀ ਛੋੜੇ ਇਸ ਮੂੰਹ ਚ ਤਾਂ ਕੰਮ ਦੀ ਗੱਲ। ਮੈਂ ਤੈਨੂੰ ਥੋੜ੍ਹੀ ਜਿਹਾ ਸਕੂਨ ਨਹੀਂ ਜਾਂਦਾ। ਮੈਂ ਜਾ ਨਾ ਪਰਾਡੋ, ਤੁਹਾਡੇ ਬੂਹੇ ਤੇ ਖਲੋਤੀ। ਅੱਛਾ ਖਲੋਤੀ, ਉਹ ਆਈ ਖਲੋਤੀ ਅਗਾ। ਤੇਲ ਦੇ ਪੈਸੇ ਦਿਓ, ਮੈਂ ਕੇਨ ਵਿੱਚ ਲੈ ਕੇ ਆਉਂ। ਉੱਠੀ ਉੱਠੀ, ਕੇਨ ਦੇ ਪੈਸੇ ਦਾ ਦਵਾਈ। ਉੱਠ ਅਗਾ, ਨਿਕਲ ਨਿਕਲ ਲਾ ਚੌਥਾ ਤੇ ਨਿਕਲਿਆ ਵਾ ਨਹੀਂ ਮਨੀ ਮੌਕ। ਨਿਕਲਦਾ ਬੰਦਾ ਕਿਵੇਂ ਪਲੇ? ਕਿਵੇਂ ਨਿਕਲਦਾ? ਕੋਈ ਕੁੜੀ ਲੈ ਕੇ ਨਿਕਲਦਾ। ਹਾਂ, ਤੁਸੀਂ ਮੈਨੂੰ ਕੁੜੀ ਦਿਓ, ਮੈਂ ਨਿਕਲ ਆਇਆ। ਤੂੰ ਚਾਹਨਾ ਬਈ ਕਰਾਂਗੇ ਦੀ ਜੜੀ ਹੋਵੇ ਹਾਏ, ਤੇ ਮੇਰੇ ਜੇ ਤੇਰੇ ਕੋ ਸਾਹ ਹੋਵੇ ਹਸੀਨ ਹਾਏ, ਤੇ ਸ਼ਾਦੀ ਤੇ ਢੋਲ ਤੇ ਪਿਰਾਈ ਤੇ ਚੌਮਰੀ ਹੋਵੇ। ਹਾਂਜੀ ਲੈ ਜੀ, ਤੁਹਾਡੀ ਦੁਆ ਸੁਣੀ ਗਈ ਹੈ, ਤੁਹਾਡੀ ਭਰਜਾਈ ਆ ਰਹੀ ਹੈ।
ਪਰ ਇਹਨਾਂ ਦੀ ਬਜਾਈ ਕਿੱਥੋਂ? ਚਲੋ ਕੋਈ ਨੀ, ਖੈਰ ਇਹਨਾਂ ਦੀ ਮਾਲਕਣ ਤੇ ਹੋਏਗੀ। ਤੁਹੇ ਦਿਲ ਲਗੀ ਭੂਲ ਮੇਰੇ ਪੁੱਤਰ ਨੇ? ਹਾਂਜੀ ਮੇਰੇ ਤੇ ਫਿਰ ਸਾਲੇ ਹੋਏ। ਕੀ ਹੋਇਆ? ਸਾਲੇ ਹੋਏ ਵੇ ਕੰਜਾ ਗੰਜਾ। ਹਾਂਜੀ ਵਜੇ ਤੂੰ ਸਾਲੇ ਹੋਏ ਤੇਰੇ ਭਾਈ ਜੀ? ਤੇਰੇ ਘਰ ਮੰਗਿਆ ਜੋ ਤੂੰ ਸਾਡੇ ਘਰ ਮੰਗਿਆ? ਯਾਰ ਬੱਕਰੀਆਂ ਨੇ ਸਾਰੀਆਂ, ਇਹਦੇ ਮਾਲਕ ਤੁਸੀਂ ਮੈਂ ਨਹੀਂ ਬਜ਼ੁਰਗ, ਤੂੰ ਹੈ। ਤੋ ਬੱਠਾ ਰੇ ਪੁੱਤਰ। ਹਾਂਜੀ ਤੋ ਉੱਥੇ ਹੀ ਸਮਝਾਇਆ ਮੈਂ, ਇਹ ਡਿੰਗਾ ਸਿੱਧਾ ਕਰਾਂਗੇ, ਅਯਾਲੀ ਡਿੰਗਾ ਅਯਾਲੀ, ਇਹਦੀ ਤਮੀਜ਼ ਕਾਈ ਨਹੀਂ। ਇੱਕ ਮਹਿਰਾ ਮੇਰਾ ਇਹ ਗੁਮਨ ਪਿਆਦਾ ਜਿਹੜੇ ਮੈਨੂੰ ਰਿਸ਼ਤਾ ਦੇ, ਇਹਨੂੰ ਕੋਈ ਸਮਝਾਓ ਨਾ ਰਿਸ਼ਤਾ ਦੀ ਮਿੰਦਾ ਕਿਵੇਂ। ਯਾਰ ਰਿਸ਼ਤਾ ਦਿਓਗੇ ਨਾ? ਹਾਂ ਬੱਚੇ ਹੋਣਗੇ ਨਾ, ਮਾਮਾ ਤੇ ਉਹਨਾਂ ਨੇ ਤੁਹਾਨੂੰ ਹੀ ਕਹਿਣਾ ਹੈ ਨਾ।